ਮਸਲਾ ਹੈਗਾ ਜੀ, ਅਸੀਂ ਨਾ ਬਾਹਰ ਦਾ ਵਿਜ਼ਾ ਲਵਾਇਆ ਹੋਇਆ ਸੀ ਤੇ ਜਿਹੜਾ ਸਾਡਾ ਯਾਨੀ ਫਰੋਡ ਹੋਇਆ ਸਾਡੇ ਨਾਲ। ਮੇਰੇ ਸਾਡੇ ਤਿੰਨ ਬੱਚਿਆਂ ਦੇ ਵੀਜ਼ੇ ਨਹੀਂ, ਸਾਨੂੰ ਇਟਲੀ ਦਾ ਨਾਂ ਲੈ ਕੇ ਸਾਡੇ ਕੋਲ ਤਕਰੀਬਨ ਉਹਨਾਂ ਨੇ 90,000 ਰੁਪਏ ਲੈ ਲਿਆ। ਸਾਈ ਬੁਲਤਾ ਸਾਨੂੰ ਉੱਤੇ ਤੁਹਾਡੇ ਦੇ ਪਰਚੇ ਕਰਨੇ ਆ, ਪੁਲਿਸ ਵਿਚਾਰਨ ਇਹ ਸਾਨੂੰ ਕਹਿੰਦਾ ਸਾਡਾ ਪੈਸਿਆਂ ਦਾ ਮਸਲਾ ਜੀ ਏਜੰਟ ਦੇ ਨਾਲ। ਸਾਡੇ ਧਿਆਨ 'ਚ ਕੋਈ ਵੀ ਇਦਾਂ ਦਾ ਬਿਨਾਂ ਲਾਇਸੈਂਸ ਤੋਂ ਚੱਲਦਾ ਆਈਲੈਂਡ ਸੈਂਟਰ ਜਾਂ ਇਮੀਗ੍ਰੇਸ਼ਨ ਸੈਂਟਰ ਧਿਆਨ 'ਚ ਆਊਗਾ ਤੇ ਬਤੌਰ ਜਿਹੜੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ। ਜੀ ਅਸੀਂ ਨਾ ਬਾਹਰ ਦਾ ਵਿਜ਼ਾ ਲਵਾਇਆ ਹੋਇਆ ਸੀ ਤੇ ਜਿਹੜਾ ਸਾਡਾ ਯਾਨੀ ਫਰੋਡ ਹੋਇਆ ਸਾਡੇ ਨਾਲ ਤੇ ਜਿਹੜੇ ਬੰਦੇ ਜਿਹੜੇ ਸਾਰੇ ਅਸੀਂ ਲੱਭ ਰਹੇ ਹਾਂ, ਪੁਲਿਸ ਕੁਛ ਨਹੀਂ ਕਰ ਰਹੀ। ਜਿਹੜੀ ਰਾਤੀ ਲੇਡੀਸ ਅਸੀਂ ਫੜੀ ਆ ਤੇ ਪਹਿਲੇ ਕਹਿੰਦੀ ਅੰਦਰ ਆਓ ਤੁਹਾਨੂੰ ਪੈਸੇ ਦੇਣੇ ਆ, ਚਲੋ ਇਹਦੇ ਘਰ ਅਸੀਂ ਬਹਿ ਗਏ ਸਾਰੇ ਜਣੇ ਜਾ ਕੇ ਤੇ ਉਸ ਤੋਂ ਬਾਅਦ ਪਬਲਿਕ ਕਹਿੰਦਾ ਫੋਨ ਤੇ ਗੱਲ ਕਰਦੀ ਰਹੀ ਆ, ਅੱਧਾ ਘੰਟਾ ਤੇ ਘੰਟਾ ਫੋਨ ਤੇ ਗੱਲ ਕਰਦੀ ਰਹੀ ਆ। ਉਸ ਤੋਂ ਬਾਅਦ ਪੁਲਿਸ ਨੂੰ ਸੱਦ ਲਿਆ ਉਹਨੇ, ਕਹਿੰਦੇ ਪੁਲਿਸ ਆਈ ਬੁਲਤਾ ਸਾਨੂੰ ਉੱਤੇ ਤੁਹਾਡੇ ਦੇ ਪਰਚੇ ਕਰਨੇ ਆ। ਪੁਲਿਸ ਪ੍ਰਸ਼ਾਸਨ ਇਹ ਸਾਨੂੰ ਕਹਿੰਦਾ ਇਹ ਤੁਹਾਨੂੰ ਕਹਿੰਦਾ ਤੁਹਾਡੇ ਦੇ ਪਰਚੇ ਕਰਨੇ ਆ। ਅਸੀਂ ਫਿਰ ਰਾਤ ਤੋਂ ਡਰ ਕੇ ਫਿਰ ਅਸੀਂ ਚੱਲ ਗਏ ਸਵੇਰੇ, ਫਿਰ ਬੰਦੇ ਲਾ ਕੇ ਆਏ ਇਕੱਠੇ ਸਾਰੇ ਘਰ। ਲੇਡੀ ਸਾਹਿਬ ਨੂੰ ਪੁਲਿਸ ਨੂੰ ਪਤਾ ਹੋਊਗਾ ਕਿੱਥੇ ਆ, ਇਹਨਾਂ ਨੇ ਛੱਡੀ ਆ ਕਿ ਪੁਲਿਸ ਨੇ ਅਰੈਸਟ ਕਰ ਲਈ ਸੀ ਰਾਤ ਨੂੰ। ਹਾਂਜੀ ਹਾਂਜੀ ਪੁਲਿਸ ਨੇ ਕੀਤੀ ਸੀ ਤੇ ਪਰ ਮਸਲਾ ਕੀ ਹੈ ਸਾਰਾ, ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਵੀਜ਼ੇ ਲਵਾਉਣ ਲਈ ਕਿਵੇਂ ਇਹਨਾਂ ਦੇ ਮਤਲਬ ਸੰਪਰਕ ਦੇ ਵਿੱਚ ਆਏ ਤੇ ਤੁਹਾਡੇ ਨਾਲ ਕੀ ਕੁਝ ਹੋਇਆ? ਫੇਸਬੁੱਕ ਤੋਂ ਹੀ ਐਡ ਵੇਖੀ ਸੀ, ਉੱਥੇ ਸਾਨੂੰ ਪਤਾ ਚੱਲਿਆ ਸਾਰਾ। ਹੁਣ ਤੁਹਾਨੂੰ ਇਹ ਕੋਈ ਇਨਸਾਫ ਮਿਲ ਰਿਹਾ ਜਾਂ ਕੀ ਕਹਿ ਰਹੇ? ਕੁਝ ਨਹੀਂ ਹੋ ਰਿਹਾ, ਕੋਈ ਕਾਰਵਾਈ ਨਹੀਂ ਹੋ ਰਹੀ ਜੀ। ਪੁਲਿਸ ਤੁਸੀਂ ਪੁਲਿਸ ਕੰਪਲੇਂਟ ਕੀਤੀ ਹੈ, ਪੁਲਿਸ ਵੱਲੋਂ ਕੀ ਕਿਹਾ ਜਾ ਰਿਹਾ ਹੁਣ? ਪੁਲਿਸ ਵੱਲੋਂ ਕੀਤੀ ਬਠਿੰਡੇ ਤਾਂ ਵੱਡੀ ਗੱਲ ਹੋਈ ਜੀ, ਜਾਂ ਪੁਲਿਸ ਨੇ ਫੜ ਕੇ ਛੱਡ ਦਿੱਤਾ ਜਿਹੜੀ ਬਠਿੰਡੇ ਕੀਤੀ ਹੋਈ ਆ, ਤਾਂ ਉੱਥੋਂ ਵੀ ਕੋਈ ਕਾਰਵਾਈ ਨਹੀਂ ਹੋਣ ਦੀ। ਉਸ ਤੋਂ ਬਾਅਦ ਸਾਨੂੰ ਜਿੱਦਾਂ ਗਰੁੱਪਾਂ ਦੇ ਵਿੱਚ ਮੈਸੇਜ ਆਉਣ ਦੇ ਆ ਕਿ ਆਹ ਮੈਡਮ ਇੱਥੇ ਬੈਠੀ ਹੋਈ ਆ, ਫਿਰ ਉੱਥੇ ਜਾ ਕੇ ਫੜ ਲਿਆ। ਉਸ ਤੋਂ ਬਾਅਦ ਪੁਲਿਸ ਆਈ, ਪੁਲਿਸ ਨੇ ਕੋਈ ਕਾਰਵਾਈ ਨਹੀਂ ਕਰ ਰਹੀ, ਉਲਟਾ ਸਾਡੇ ਤੇ ਦਬਕੇ ਮਾਰਨ ਦੇ ਆ। ਕਿੰਨੀ ਪੇਮੈਂਟ ਔਰ ਕਿੰਨੇ ਜਣਿਆਂ ਨੇ ਦਿੱਤੀ ਤੁਸੀਂ? 3,27,000 ਰੁਪਏ ਦਾ ਤਿੰਨ ਜਣਿਆਂ ਦਾ। ਤਾਂ ਤੁਸੀਂ ਤਿੰਨ ਜਣੇ ਟੋਟਲ ਕਿੰਨੇ ਜਣੇ ਹੋ? ਮੇਰੇ ਸਾਡੇ ਤਿੰਨ ਬੱਚਿਆਂ ਦੇ ਵੀਜ਼ੇ ਨਹੀਂ, ਸਾਨੂੰ ਇਟਲੀ ਦਾ ਨਾਂ ਲੈ ਕੇ ਸਾਡੇ ਕੋਲ ਤਕਰੀਬਨ ਉਹਨਾਂ ਨੇ 90,000 ਰੁਪਏ ਲੈ ਲਿਆ। ਠੀਕ ਹੈ ਜੀ, ਤੇ ਤਕਰੀਬਨ ਮੇਰੇ ਹਿਸਾਬ ਚ ਮਹੀਨਾ ਇੱਕ ਪਹਿਲਾਂ ਸਾਡੇ ਨਾਲ ਫੇਸਬੁੱਕ ਤੇ ਗੱਲ ਹੋਈ ਸੀ, ਫੇਸਬੁੱਕ ਦੇ ਐਡ ਦੇ ਮੁਤਾਬਕ ਅਸੀਂ ਇੱਥੇ ਆਏ ਜੀ। ਇੱਥੇ ਆ ਕੇ ਸਾਡੇ ਕੋਲ ਪੈਸੇ ਪਹਿਲਾਂ ਲੈ ਲਏ, ਉਸ ਤੋਂ ਬਾਅਦ ਤਕਰੀਬਨ ਜਿੱਦਾਂ ਸਾਨੂੰ ਵੀਜ਼ੇ ਦਿਖਾਏ ਨੇ ਇਹਨਾਂ ਨੇ, ਵੀਜ਼ੇ ਵੀ ਫੇਕ ਦਿਖਾਏ। ਅਸੀਂ ਉਹਨਾਂ ਨੂੰ ਸਾਨੂੰ ਪੈਸੇ ਦਿਓ, ਅਸੀਂ ਵੀ ਚੈੱਕ ਕਰਾ ਲੈਣੇ, ਪਰ ਇਹਨਾਂ ਨੇ ਸਾਨੂੰ ਫਿਰ ਵੀ ਗੱਲਾਂ ਦੇ ਵਿੱਚ ਲੈ ਕੇ ਸਾਨੂੰ ਪੈਸੇ ਲੈ ਲਏ। ਉਹ ਤਕਰੀਬਨ ਸਾਨੂੰ ਅੱਜ ਤੋਂ 3 ਦਿਨ ਪਹਿਲਾਂ ਹੀ ਜਦ ਅਸੀਂ ਇੱਥੇ ਆਏ ਦਾ ਵੜ ਕੇ ਬੰਦ ਸੀ ਦਫ਼ਤਰ। ਨਹੀਂ, ਜਿਹੜਾ ਤੁਹਾਡਾ ਕੰਟੈਕਟ ਹੋਇਆ ਫੋਨ ਤੇ ਜਾਂ ਫੇਸਬੁੱਕ ਤੇ ਹੋਇਆ ਜਾਂ ਤੁਸੀਂ ਇਹਨਾਂ ਦੇ ਦਫ਼ਤਰ ਵੀ ਗਏ? ਨਹੀਂ ਨਹੀਂ, ਫੇਸਬੁੱਕ ਤੇ ਕੰਟੈਕਟ ਹੋਇਆ ਤੇ ਦਫ਼ਤਰ ਦਵਾਚ ਆਏ ਹਾਂ। ਦਫ਼ਤਰ ਕਿੱਥੇ ਬਣਿਆ ਹੋਇਆ ਇਹਨਾਂ? ਦਫ਼ਤਰ ਆਪਣਾ ਅਜੀਤ ਰੋਡ ਹੈ ਜੀ, 13 ਨੰਬਰ ਗਲੀ ਹੈ ਜੀ, ਬਠਿੰਡੇ। ਕੀ ਨਾਮ ਕਿਸ ਨਾਮ ਦਾ ਦਫ਼ਤਰ ਦਾ? ਡ੍ਰੀਮ ਓਵਰ ਸੀ ਜੀ, ਡ੍ਰੀਮ ਓਵਰ ਰੋਡ। ਤੁਹਾਨੂੰ ਕਿਸ ਤਰ੍ਹਾਂ ਦੱਸਿਆ ਗਿਆ ਕਿੱਦਾਂ ਕਿੱਦਾਂ ਕੰਮ ਮਿਲੂਗਾ, ਕੀ ਕੀ ਸਮਝਾਇਆ ਗਿਆ ਤੁਹਾਨੂੰ? ਇਹਨਾਂ ਨੇ ਸਾਨੂੰ ਪੈਕਿੰਗ ਦਾ ਕੰਮ ਦੱਸਿਆ ਜੀ ਸਾਡੇ ਬੱਚਿਆਂ ਦਾ ਜੀ। ਠੀਕ ਹੈ ਜੀ, ਫੂਡ ਪੈਕਿੰਗ ਦਾ, ਤੇ ਸਾਨੂੰ 1,30,000 ਰੁਪਏ ਦੀ ਗੱਲ ਹੋਈ ਸੀ ਇਟਲੀ ਦੀ। ਠੀਕ ਹੈ ਜੀ, ਤਕਰੀਬਨ ਇਹ ਨਹੀਂ ਵੀ ਇੱਕ ਅੱਧਾ ਜੀ, ਤਕਰੀਬਨ 50-60 ਬੰਦੇ ਇੱਥੇ ਸਾਡੇ ਪਰਸੋਂ ਆ ਕੇ ਅੱਖਾਂ ਖੁੱਲੀਆਂ ਜੀ, ਵੀ ਜਦ ਲੋਕਾਂ ਦਾ ਅਸੀਂ ਹਾਲ ਇੱਥੇ ਦੇਖਿਆ, ਤਕਰੀਬਨ ਜਦ ਦਫ਼ਤਰ ਬੰਦ ਮਿਲੇ ਲੋਕਾਂ ਦੇ। ਠੀਕ ਹੈ ਜੀ, ਉਸ ਤੋਂ ਬਾਅਦ ਇੱਥੇ ਗੱਲ ਰਹੀ ਨੀ ਜੀ, ਇੱਥੋਂ ਭੱਜ ਚੁੱਕੇ ਜੀ। ਹੁਣ ਉਹ ਦਫ਼ਤਰ ਕਲੋਜ਼ ਆ ਜਾਂ ਓਪਨ? ਦਫ਼ਤਰ ਬੰਦ ਹੈ ਜੀ, ਅਸੀਂ ਸਾਡੇ ਵੈਸੇ SSP ਦਫ਼ਤਰ ਬਲਕਿ ਬਠਿੰਡੇ ਸਾਡੀ ਕੰਪਲੀਟ ਕੀਤੀ ਹੋਈ, ਉਹਨਾਂ ਨੇ ਓਵਰ ਵਿੰਗ ਨੂੰ ਜਾਂ ਵਿੰਗ ਨੂੰ ਦਿੱਤੀ ਹੋਈ। ਤਕਰੀਬਨ ਸਾਡਾ ਸੀ ਨਾ ਕਰਦਾ 1 ਕਰੋੜ ਦਾ ਮਸਲਾ ਜੀ, ਘੱਟ ਤੋਂ ਘੱਟ। ਕਿੰਨੇ ਜਣੇ ਹੈਗੇ? ਤਕਰੀਬਨ 50-60 ਬੰਦੇ ਨੇ, ਤਕਰੀਬਨ ਕੈਮਰਾ ਘੁਮਾ ਕੇ ਦੇਖੋ ਜੀ। ਜਿਹੜਾ ਹੈਗਾ ਲੇਡੀਜ਼ ਨੂੰ ਪੁਲਿਸ ਨੇ ਅਰੈਸਟ ਵਗੈਰਾ ਵੀ ਕੀਤਾ ਸੀ ਰਾਤ? ਹਾਂਜੀ ਹਾਂ, ਰਾਤ ਸਾਡੇ ਚ ਕੁਝ ਮੁੰਡੇ ਇੱਥੇ ਜਿਹੜੇ ਇੱਥੋਂ ਦੇ ਲਵਿਆਲੇ ਦੀ, ਉਹ ਰਾਤ ਉਹਦੇ ਘਰੇ ਪਹੁੰਚੇ ਨੇ। ਉਹਦੇ ਘਰੇ ਪਹੁੰਚਣ ਦੇ ਬਾਅਦ ਦੇ ਵਿੱਚੋਂ ਜਦੋਂ ਉਹਨੇ ਜਾ ਕੇ ਉੱਥੇ ਦੇਖ ਲਓ ਕਹਿੰਦੇ ਪੈਸੇ ਮੋੜ ਦੇਣੇ ਆ, ਬਾਅਦ ਇਹਨੇ ਪੁਲਿਸ ਅੰਦਰ ਜਾ ਕੇ ਪੁਲਿਸ ਬੁਲਾ ਲਈ। ਪੁਲਿਸ ਇੱਥੇ ਪੁਲਿਸ ਪ੍ਰਸ਼ਾਸਨ ਇੱਥੋਂ ਗਿਆ ਜੀ, ਇਹਨਾਂ ਨੇ ਕੋਈ ਸਾਨੂੰ ਨਹੀਂ ਪਤਾ ਕੀ ਮਸਲਾ ਹੋਇਆ, ਕਿਵੇਂ ਇਹਨਾਂ ਨੂੰ ਮੋੜਿਆ। ਉਹ ਉੱਥੋਂ ਮੁੜਿਆ, ਉੱਥੋਂ ਮੁੜ ਕੇ ਆ ਕੇ ਗੁੜੀ ਛੱਡਤਾ। ਜਦ ਅਸੀਂ ਸਵੇਰੇ ਆ ਕੇ ਇੱਥੇ ਆ ਕੇ ਅਫਸਰ ਸਾਹਿਬ ਨੂੰ ਪੁੱਛਿਆ ਜੀ ਵੀ ਅੱਕੜ ਸਾਡੀ ਦੂਜੀ ਰਾਤ ਕੁੜੀ ਲੈ ਕੇ ਆਈ, ਉਲਟ ਬਲਕਿ ਸਾਨੂੰ ਕਹਿ ਰਹੇ ਨੇ ਵੀ ਅਸੀਂ ਥੋੜੇ ਜਿਹੇ ਕਾਰਵਾਈ ਕਰ ਦਾਂਗੇ ਵੀ ਤੁਸੀਂ ਐਂ। ਉਹਦਾ ਨਾਮ ਤਾਂ ਨਹੀਂ ਸੀ ਜਾਣਦੇ ਜੀ, ਹਰੀ ਸਿੰਘ ਨਾਮ ਹੈ ਜੀ। ਉਹ ਬਲਕਿ ਸਵੇਰੇ ਸਾਨੂੰ ਧਮਕੀ ਦੇ ਰਿਹਾ ਸੀ ਜਿਹੜੇ ਮੁੰਡੇ ਰਾਤ ਉੱਥੇ ਗਏ ਨੇ, ਅਸੀਂ ਉਹਨਾਂ ਦੇ ਪਰਚਾ ਪਾਇਆ ਤੁਸੀਂ ਕੁੜੀ ਦਾ ਗਲ ਪਏ ਹੋ। ਉਲਟ ਬਲਕਿ ਸਾਡੇ ਨਾਲ ਠੱਗੀਆਂ ਹੁੰਦੀਆਂ ਨੇ, ਸਾਡੇ ਬਲਕਿ ਪਤਾ ਨਹੀਂ ਕਿਸ ਤਰ੍ਹਾਂ ਲੋਕਾਂ ਨੇ ਪੈਸੇ ਇਕੱਠੇ ਕਰੇ ਤੇ ਸਾਡੇ ਨਾਲ ਇੰਨਾ ਕੁਛ ਕਰਨ ਦਾ ਸਾਡੇ ਤੇ ਪਰਚਾ ਕਰੇ। ਕਨਫਰਮ ਕਿਵੇਂ ਕਿ ਇਹਨਾਂ ਨੇ ਜਿਹੜਾ ਹੈਗਾ ਉਹ ਲੇਡੀਜ਼ ਨੂੰ ਛੱਡ ਦਿੱਤਾ ਹੈਗਾ? ਜਦ ਸਵੇਰੇ ਸੀ ਐਂ, ਪਹਿਲਾਂ ਗੱਲ ਵੀ ਜਦ ਇਹਨੂੰ ਛੱਡਿਆ ਇਹਨੂੰ ਛੱਡਣਾ ਮਤਲਬ ਨਹੀਂ ਸੀ, ਜਦ ਇਹਨਾਂ ਨੂੰ ਪਤਾ ਵੀ ਇੱਕ ਬੰਦੇ ਨਹੀਂ ਅੰਦਰ ਆਏ ਨਹੀਂ, ਜੇ ਅੰਦਰ ਹੋਣੇ ਹੁੰਦੇ ਤਾਂ ਸਾਨੂੰ ਪਤਾ ਨਹੀਂ ਲੱਗਦਾ। ਅੱਛਾ, ਪੁਲਿਸ ਨੂੰ ਤੁਸੀਂ ਕੰਪਲੇਂਟ ਕੀਤੀ, ਹੁਣ ਤੱਕ ਪੁਲਿਸ ਵੱਲੋਂ ਕੀ ਕੀਤਾ ਗਿਆ ਤੁਹਾਨੂੰ? ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਅੱਜ ਤੱਕ ਜੀ। ਤੁਹਾਡੀ ਕੀ ਮੰਗ ਹੈ ਹੁਣ? ਸਾਡੀ ਮੰਗ ਇਹੀ ਮੰਗ ਹੈ ਜੀ, ਇੱਕ ਤਾਂ ਸਾਡੇ ਬੱਚਿਆਂ ਦੇ ਪਾਸਪੋਰਟ ਨੇ ਇਹਨਾਂ ਕੋਲ, ਸਾਡੇ ਬੱਚਿਆਂ ਦੇ ਪਾਸਪੋਰਟ ਦਵਾਏ ਜਾਣ, ਤੇ ਨਾਲ ਜਿਹਨਾਂ ਦੇ ਪੈਸੇ ਨੇ ਜਿਹਦਾ 1,00,000 ਰੁਪਇਆ 1.5 ਲੱਖ ਰੁਪਇਆ, ਪਤਾ ਨਹੀਂ ਕੋਈ ਆਪਣਾ ਘਰ ਗਿਰਵੀ ਧਰ ਕੇ ਆਇਆ ਜੀ।
ਮੇਰਾ ਨਾਮ ਤਾਰਾ ਚੰਦ ਹੈ ਜੀ। ਤੁਸੀਂ ਅੱਜ ਥਾਣੇ ਦੇ ਵਿੱਚ 10-20 ਜਣੇ ਇਕੱਠੇ ਹੋਏ ਹੋ, ਕੀ ਮੈਟਰ ਹੈ ਸਰ? ਨਹੀਂ ਅਸੀਂ 10-20 ਨਹੀਂ ਗਏ, ਅਸੀਂ ਘੱਟ ਘੱਟ 2-250 ਬੰਦਾ ਜੀ। ਸਾਡਾ ਪੈਸਿਆਂ ਦਾ ਮਸਲਾ ਜੀ ਏਜੰਟ ਦੇ ਨਾਲ। ਉਹਨਾਂ ਨੇ ਸਾਨੂੰ ਵੀਜ਼ਿਆਂ ਬਾਰੇ ਕਿਹਾ ਵੀ ਥੋੜ੍ਹੇ ਪੈਸੇ ਜਮ੍ਹਾਂ ਕਰਾਓ। ਮੈਂ 25-85 ਹਜ਼ਾਰ ਰੁਪਇਆ ਜਮ੍ਹਾਂ ਕਰਵਾਇਆ ਤੇ ਮੈਨੂੰ ਟਿਕਟ ਵੀ ਨਕਲੀ ਦੇ ਦਿੱਤੀ ਤੇ ਵੀਜ਼ਾ ਵੀ ਨਕਲੀ ਆ। ਕਿੱਥੋਂ ਦਾ ਏਜੰਟ ਭੇਜਣ ਵਾਸਤੇ ਤੁਹਾਨੂੰ ਦਿੱਤਾ ਗਿਆ ਵੀਜ਼ਾ? ਇਹ ਮਾਲਟਿਆ ਦਿੱਤਾ ਜੀ। ਕਿੰਨਾ ਟਾਈਮ ਹੋ ਗਿਆ ਤੁਹਾਡੇ ਪ੍ਰੋਸੈਸ ਚੱਲਦੇ ਨੇ? ਇਹ ਮਹੀਨਾ ਹੋਇਆ ਜੀ ਇੱਕ। ਬੰਦਿਆਂ ਨੇ ਪੁੱਛਿਆ ਸੀ ਇੱਕ ਦੂਜੇ ਕੋਲੋਂ ਤੇ ਅਸੀਂ ਦੇਖਿਆ ਵੀ ਸਾਡੀ ਟਿਕਟ ਵੀ ਜਿਹੜੀ ਉਹ ਵੀ ਵੇਟਿੰਗ ਵਿੱਚ ਪਾਈ ਹੋਈ ਆ। ਉੱਤੇ ਲਿਖਿਆ ਵੀ ਨਾ ਵੇਟਿੰਗ ਆ, ਪਰ ਉਹ ਕਹਿੰਦੇ ਸਾਨੂੰ 2 ਦਿਨਾਂ ਵਿੱਚ ਮੈਸੇਜ ਆ ਜਾਣਾ। ਕੁਛ ਬੰਦੇ ਦਿੱਲੀਓਂ ਮੁੜ ਕੇ ਵੀ ਆ ਜਾਣਾ, ਟਿਕਟ ਨਕਲੀ ਨਿਕਲੀ ਦਾ। ਦਫ਼ਤਰ ਕਿੱਥੇ ਆ? ਇਹ ਬਠਿੰਡੇ 13 ਨੰਬਰ ਗਲੀ ਵਿੱਚ ਅਜੀਤ ਨਗਰ ਦੇ ਵਿੱਚ। ਬਲੈਕ ਲੇਡੀਜ਼ ਹੈ ਕਿੱਥੋਂ ਦੀ ਉਹ ਰਹਿਣ ਵਾਲੀ? ਇਧਰਲਾ ਪਿੰਡ ਦੱਸ ਦਿਓ ਜੀ ਕੋਈ। ਸਮਾਦ ਭਾਈ ਕੀ ਆ ਜੀ? ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਮੈਡਮ ਨਾਲ? ਕੀਤੀ ਹਾਂਜੀ, 3 ਫੋਨ ਨੰਬਰਾਂ ਦੇ ਬੰਦ ਆ ਗਏ ਜੀ, ਤਾਂ ਅਸੀਂ ਫਿਰ ਆਪਣੀ ਇਨਕੁਆਇਰੀ ਸ਼ੁਰੂ ਕੀਤੀ ਜੀ। ਸੁਣਨ ਦੇ ਵਿੱਚ ਆਇਆ ਵੀ ਤੁਸੀਂ ਉਹ ਲੇਡੀ ਰਾਤੀ ਫੜ ਲਈ ਸੀ, ਪੁਲਿਸ ਦੇ ਹਵਾਲੇ ਵੀ ਕਰਤੀ ਸੀਗੀ? ਹਾਂਜੀ, ਬੰਦੇ ਮੌਜੂਦ ਆ ਜਿਨ੍ਹਾਂ ਨੇ ਫੜੀ ਸੀ ਜੀ। ਅੱਛਾ ਜੀ, ਉਸ ਤੋਂ ਬਾਅਦ ਕਿੱਥੇ ਆ ਉਹ ਲੇਡੀ? ਸਾਨੂੰ ਨਹੀਂ ਇਸ ਗੱਲ ਛੱਡਦੀ, ਪੁਲਿਸ ਨਹੀਂ ਛੱਡਦੀ। ਹਾਂਜੀ, ਮੈਟਰ ਇਹ ਸੀ ਕਿ ਜਿਹੜਾ ਹੈਗਾ ਇਮੀਗ੍ਰੇਸ਼ਨ ਜਾਂ ਕੋਈ ਲੇਡੀਜ਼ ਵੱਲੋਂ ਕਾਫੀ ਵੱਡੀ ਠੱਗੀ ਕੀਤੀ ਗਈ ਹੈ, ਕੀ ਮੈਟਰ ਸੀ? ਇਹ ਜਿਹੜਾ ਮੈਟਰ ਸਾਡੇ ਧਿਆਨ ਚ ਆਇਆ, ਕੋਈ ਇੱਕ ਇੰਸਟੀਚਿਊਟ ਆ ਜਿਹੜਾ ਬਠਿੰਡੇ ਹੈਗਾ, ਉਹਨਾਂ ਵੱਲੋਂ ਕਾਫੀ ਲੋਕਾਂ ਨਾਲ ਜਿਹੜੀ ਆ ਵੀਜ਼ੇ ਲਗਾਉਣ ਦੇ ਸੰਬੰਧ ਵਿੱਚ ਠੱਗੀ ਮਾਰੀ ਗਈ ਆ, ਜਾਲੀ ਵੀਜ਼ੇ ਉਹਨਾਂ ਨੂੰ ਦਿੱਤੇ ਗਏ ਆ। ਐਂਡ ਇਹਦੇ 'ਚ ਇੱਕ ਲੇਡੀ ਸਿਮਰਨਜੀਤ ਕੌਰ ਜੋ ਸਮਾਧ ਭਾਈ ਦੀ ਰਹਿਣ ਵਾਲੀ ਆ, ਸਾਡੇ ਏਰੀਏ ਨੂੰ ਬਿਲੋਂਗ ਕਰਦੀ ਆ, ਪਰੰਤੂ ਇਹਨਾਂ ਦੇ ਜਿਹੜੀਆਂ ਮੁਕੱਦਮੇ ਆ ਜਾਂ ਦਰਖਾਸਤਾਂ ਉਹ ਬਠਿੰਡਾ ਪੁਲਿਸ ਹੀ ਡੀਲ ਕਰ ਰਹੀ ਹੈ ਜੀ। ਤੇ ਸਰ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਅਸੀਂ ਪੁਲਿਸ ਨੂੰ ਜਿਹੜਾ ਹੈਗਾ ਰਾਤ ਲੇਡੀਜ਼ ਨੂੰ ਪਕੜਾ ਦਿੱਤਾ ਔਰ ਪੁਲਿਸ ਨੇ ਉਸਨੂੰ ਛੱਡ ਦਿੱਤਾ ਹੈਗਾ? ਐਕਚੁਅਲੀ ਸਾਨੂੰ ਜਿਹੜੇ ਇਹਦੇ ਦਰਖਾਸਤਾਂ ਜਾਂ ਮੁਕੱਦਮੇ ਹੈਗੇ ਜੀ, ਰਾਤ ਇਸ ਬਾਰੇ ਕੋਈ ਨੌਲੇਜ ਨਹੀਂ ਸੀ। ਸਿਮਰਨਜੀਤ ਕੌਰ ਵੱਲੋਂ ਹੀ ਦਰਖਾਸਤ ਦਿੱਤੀ ਗਈ ਸੀ ਰਾਤ 112 ਦੀ ਕਿ ਮੈਨੂੰ ਮੇਰੇ ਘਰ 'ਚ ਕੁਛ ਅਣਪਛਾ ਤੇ ਲੋਕਾਂ ਨੇ ਡਿਟੇਨ ਕੀਤਾ ਹੈ, ਜਿਹਦੇ ਸੰਬੰਧ 'ਚ ਅਸੀਂ ਉੱਥੇ ਮੌਕੇ 'ਤੇ ਜਿਹੜਾ ਡਿਊਟੀ ਅਫਸਰ ਗਿਆ ਸੀਗਾ ਅਤੇ ਦੋਨਾਂ ਪਾਰਟੀਆਂ ਨੂੰ ਸੁਬਾਹ ਦਾ ਟਾਈਮ ਦੇ ਕੇ ਉੱਥੋਂ ਫਾਰਗ ਕੀਤਾ ਗਿਆ ਸੀਗਾ ਜੀ। ਸਰ ਜਿਵੇਂ ਆਏ ਦਿਨ ਇਹੋ ਜਿਹੀਆਂ ਠੱਗੀਆਂ ਹੁੰਦੀਆਂ ਰਹਿੰਦੀਆਂ ਹਨ, ਜਿਵੇਂ ਬਾਘਾ ਪੁਰਾਣੇ ਦੇ ਵਿੱਚ ਵੀ ਕਾਫੀ ਆਈਲੈਟ ਸੈਂਟਰ ਜਾਂ ਇਮੀਗ੍ਰੇਸ਼ਨ ਸੈਂਟਰ ਹੈਗੇ ਆ ਬਿਨਾਂ ਲਾਇਸੈਂਸ ਤੋਂ ਚੱਲ ਰਹੇ, ਉਹਨਾਂ ਤੇ ਵੀ ਤੁਸੀਂ ਕੋਈ ਨਿਗਰਾਨੀ ਰੱਖਦੇ ਹੋ ਜਾਂ ਕੋਈ ਕਾਰਵਾਈ ਕਰ ਰਹੇ ਹੋ? ਜੇਕਰ ਸਾਡੇ ਧਿਆਨ 'ਚ ਕੋਈ ਵੀ ਇਦਾਂ ਦਾ ਬਿਨਾਂ ਲਾਇਸੈਂਸ ਤੋਂ ਚੱਲਦਾ ਆਈਲੈਟ ਸੈਂਟਰ ਜਾਂ ਇਮੀਗ੍ਰੇਸ਼ਨ ਸੈਂਟਰ ਧਿਆਨ 'ਚ ਆਊਗਾ, ਤੇ ਬਤੌਰ ਜਿਹੜੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਜੀ। ਸਰ ਇਸ ਮੈਟਰ ਤੇ ਜਿਹੜਾ ਇਹ ਅੱਜ ਵਾਲਾ ਹੈਗਾ, ਇਸ ਤੇ ਬਾਘਾ ਪੁਰਾਣਾ ਪੁਲਿਸ ਵੱਲੋਂ? ਨਹੀਂ ਜੀ, ਮੇਰੇ ਕੋਲੇ ਇਹਨਾਂ ਦੀ ਕੋਈ ਦਰਖਾਸਤ ਜਾਂ ਮੁਕੱਦਮਾ ਜਿਹੜਾ ਪੈਂਡਿੰਗ ਨਹੀਂ ਹੈ। ਤੁਹਾਨੂੰ ਮੈਂ ਦੱਸ ਚੁੱਕਾ ਵੀ ਆਲਰੇਡੀ ਜਿਹੜੀ ਹੈ ਬਠਿੰਡਾ ਪੁਲਿਸ ਜਿਹੜੀ ਉਹ ਕਾਰਵਾਈ ਕਰ ਰਹੀ ਹੈ ਜੀ।